ਪਿਛਲੇ ਕਈ ਦਿਨਾਂ ਦਾ ਮੈਂ ਸਿਰਫ ਇੱਕ ਦਿਨ ਇੰਟਰਵਿਊ ਦਿੱਤੀਆਂ ਤੇ ਉਸ ਤੋਂ ਬਾਅਦ ਮੈਂ ਆਪਣਾ ਜਿਹੜਾ ਸੀਗਾ ਉਹ ਸਾਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਸੱਜਣ ਹੈ, ਮਿੱਤਰ ਹੈ, ਵਰਕਰ ਹੈ, ਲੀਡਰ ਹੈ, ਉਹਨਾਂ ਦੀ ਸਲਾਹ ਤੇ ਮੈਂ ਚੁੱਪ ਰਿਹਾ। ਮੈਂ ਕੁਛ ਨਹੀਂ ਸੀ ਬੋਲਿਆ ਕਿਉਂਕਿ ਸਾਰੇ ਸਮਝਦੇ ਸੀ ਵੀ ਜੇਕਰ ਮੈਂ ਕੁਛ ਬੋਲਦਾ ਹੈ ਤਾਂ ਉਹਦੇ ਨਾਲ ਪਾਰਟੀ ਦਾ ਨੁਕਸਾਨ ਹੁੰਦਾ। ਉਹਨਾਂ ਸਾਰੇ ਸੱਜਣਾਂ ਮਿੱਤਰਾਂ ਦੀ ਸਲਾਹ ਤੇ ਸਿਰਫ ਇੱਕ ਦਿਨ ਮੈਂ ਇੰਟਰਵਿਊ ਦਿੱਤੀਆਂ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਮੈਂ ਚੁੱਪ ਰਿਹਾ ਕਿਉਂਕਿ ਸਾਰੇ ਕਹਿੰਦੇ ਵੀ ਪਾਰਟੀ ਦਾ ਨੁਕਸਾਨ ਹੋ ਸਕਦਾ, ਇਸ ਕਰਕੇ ਚੁੱਪ ਰਹਿਣਾ ਚਾਹੀਦਾ। ਪਰ ਪਿਛਲੇ 3-4 ਦਿਨਾਂ ਤੋਂ ਜਿਸ ਕਿਸਮ ਦੀ ਕਿਰਦਾਰ ਕੁਸ਼ੀ ਮੇਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੰਟੀ ਬਬਲੀ ਐਂਡ ਜਿਸ ਤਰ੍ਹਾਂ ਦੀ ਕਿਰਦਾਰ ਕੁਸ਼ੀ ਮੇਰੀ ਪਿਛਲੇ ਦਿਨਾਂ ਦੇ ਤੋਂ ਲਾ ਕੇ ਕੀਤੀ ਜਾ ਰਹੀ ਹੈ, ਮੈਂ ਕਹਿ ਸਕਦਾ ਕਿ ਛੋਟੇ ਛੋਟੇ ਐਲੀਗੇਸ਼ਨ, ਫਲਾਣੇ ਨੂੰ ਫਲਾਣੇ ਨਾਲ ਲੜਾਤਾ, ਇਹਨੇ ਠੋ ਚੋਰ ਹੈ ਜੀ, ਇਹ ਠੱਗ ਹੈ ਜੀ, ਇਹ ਗੱਲਾਂ ਇੱਕ ਸਧਾਰਨ ਜੀਆਂ ਗੱਲਾਂ ਸੀਗੀਆਂ ਤੇ ਮੈਂ ਇਹਨਾਂ ਦਾ ਜਵਾਬ ਦੇਣਾ ਵੀ ਠੀਕ ਨਹੀਂ ਸਮਝਿਆ। ਹਾਲਾਂਕਿ ਫਰੀਦਕੋਟ ਦੇ ਜਿਹੜੇ ਲੋਕ ਨੇ ਉਹ ਮੈਨੂੰ ਵੀ ਚੰਗੀ ਤਰ੍ਹਾਂ ਜਾਣਦੇ ਆ, ਜਿਹਦੇ ਨਾਲ ਬੰਦਾ ਜੁੜਿਆ ਹੋਵੇ ਜਦੋਂ ਲਿਖ ਲਿਖ ਕੇ ਦੇ ਤੇ ਉਹ ਕਈ ਵਾਰੀ ਬੋਲਣਾ ਵੀ ਪੈਂਦਾ ਮਜਬੂਰੀ ਵੀ। ਮੈਂ ਸਾਰੇ ਦੀ ਸਾਰੀ ਜਿਹੜੀ ਆ ਗੱਲ ਇੱਕ ਵਾਰੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ ਕਿ ਦੇਖੋ ਜਿਸ ਦਿਨ ਦਾ ਇੱਕ ਵਰਤਾਰਾ ਵਾਪਰਿਆ ਇਹ ਘਟੀਆ ਤੇ ਨੀਚ ਹਰਕਤਾਂ ਕਿੱਥੋਂ ਸ਼ੁਰੂ ਹੋਈਆਂ ਕਿ ਮੰਨ ਲਓ ਨੇਮ ਪਲੇਟ ਵੀ ਤੋੜਤੀ, ਕਦੇ ਕਿਸੇ ਤੋਂ ਕੁਛ ਬੁਲਾਤਾ, ਕਦੇ ਕਿਸੇ ਤੋਂ ਕੁਛ ਬੁਲਾਤਾ। ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ, ਇੱਕ ਗੱਲ ਸਮਝਣ ਦੀ ਲੋੜ ਹੈ ਕਿ ਘਟੀਆ ਸੋਚ ਦਾ ਜਿਹੜਾ ਹੈਗਾ ਇਹ ਮੁਜ਼ਾਰਾ ਹੋ ਰਿਹਾ। ਔਰ ਅੱਜ ਮੈਨੂੰ ਦੁੱਖ ਲੱਗਾ ਕਿ ਇੱਕ ਕੈਨੇਡਾ ਤੋਂ ਜਿਹੜਾ ਹੈਗਾ ਪੁਰਾਣਾ ਪਾਰਟੀ ਦੇ ਵਿੱਚ ਕੰਮ ਕਰਨ ਵਾਲਾ ਸੱਜਣ ਹੈ, ਜਿਹੜਾ ਪਾਰਟੀ 'ਚ ਪੁਰਾਣਾ ਕੰਮ ਕਰਨ ਵਾਲਾ ਸੱਜਣ ਹੈ, ਉਹਦੇ ਤੋਂ ਇੱਕ ਐਲੀਗੇਸ਼ਨ ਜਿਹੜਾ ਸੀਗਾ ਉਹ ਮੇਰੇ 'ਤੇ ਲਵਾਇਆ। ਦੇਖੋ ਕਿਰਦਾਰ ਜਿਹੜਾ ਇਹ ਸੌਖਾ ਨਹੀਂ ਬਣਦਾ, ਇਹਦੇ 'ਚ ਸਾਲ ਲੱਗਦੇ ਆ, ਸਮਾਂ ਲੱਗਦਾ ਤੇ ਬਹੁਤ ਔਖੇ ਹੋ ਕੇ ਚੱਲਣਾ ਪੈਂਦਾ, ਕੱਚੇ ਰਾਹਾਂ 'ਚ ਤੁਰਨਾ ਪੈਂਦਾ ਤੇ ਤਾਂ ਜਾ ਕੇ ਕਿਰਦਾਰ ਬਣਦੇ ਆ। ਜਿਹੜਾ ਕਿ ਮੈਂ ਆਪਦਾ ਕਿਰਦਾਰ ਇਮਾਨਦਾਰੀ ਵਾਲਾ ਜਿਹੜਾ ਹੈਗਾ ਬਣਾਇਆ, ਜਿਹੜਾ ਇਹਨਾਂ ਨੂੰ ਹਜ਼ਮ ਨਹੀਂ ਹੁੰਦਾ, ਮੈਂ ਇੱਕ ਬੇਨਤੀ ਕਰਾਂ। ਤੇ ਜਦੋਂ ਕਿਰਦਾਰ ਤੇ ਗੱਲ ਆ ਗਈ ਤੇ ਮੈਨੂੰ ਅੱਜ ਜਵਾਬ ਦੇਣਾ ਪੈਣਾ ਸੀ। ਪਹਿਲਾਂ ਤਾਂ ਸਾਰੇ ਪਾਰਟੀ ਦੇ ਵਰਕਰਾਂ ਤੋਂ, ਲੀਡਰਾਂ ਤੋਂ ਮੈਂ ਇਸ ਗੱਲ ਦੀ ਮਾਫੀ ਚਾਹੂੰਗਾ ਕਿ ਜਿਹੜਾ ਤੁਸੀਂ ਮੈਨੂੰ ਵਾਰ ਵਾਰ ਰੋਕਦੇ ਸੀ ਕਿ ਬੋਲਣਾ ਨਹੀਂ ਬੋਲਣਾ ਨਹੀਂ, ਤੇ ਮੈਂ ਅੱਜ ਮੈਨੂੰ ਮੇਰੀ ਮਜਬੂਰੀ ਹੈ ਕਿ ਮੈਨੂੰ ਬੋਲਣਾ ਪੈਣਾ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰਾਂ ਕਿ ਜਿਸ ਇਹ ਸੱਜਣ ਨੇ, ਮੈਂ ਇੱਕ ਦਿਨ ਯਾਦ ਕਰਾ ਦਿਆਂ ਇੱਕ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਅਸੀਂ ਤਾਂ ਕਦੇ ਪਾਸੇ ਨਹੀਂ, ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਫਰੀਦਕੋਟ ਤੋਂ ਹਾਰੇ ਸੀ, ਇਹ ਬੰਟੀ ਦੇ ਫਾਦਰ ਨੇ ਹਵਾਈ ਫਾਇਰ ਕਰਕੇ ਖੁਸ਼ੀ ਮਨਾਈ ਸੀ। ਇਹ ਇਹ ਇੰਨਾ ਕਿਹਦਾ ਸਫ਼ਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ। ਇੱਕ ਤਾਂ ਇਹ ਅੰਦਾਜ਼ਾ ਲਾ ਲਿਓ, ਫਰੀਦਕੋਟ ਦੇ ਹਰੇਕ ਸੱਜਣ ਨੂੰ ਪੁੱਛ ਲਿਓ, ਹਰੇਕ ਜਿਹੜੇ ਹੈਗੇ ਆ ਉਹ ਉਸ ਨੂੰ ਪੁੱਛ ਲਿਓ। ਤੇ ਦੂਜੀ ਗੱਲ ਬੰਟੀ, ਮੈਂ ਤੈਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ, ਇਹਨਾਂ ਗੱਲਾਂ ਤੋਂ ਬਾਜ ਆ ਜਾ, ਤੂੰ ਪਾਰਟੀ ਤਾਂ ਮਾਰੀ ਮਾਰੀ ਹੈ ਤੇ ਜੇ ਤੂੰ ਵਾਰ ਵਾਰ ਮੇਰੇ ਤੇ ਝੂਠੇ ਐਲੀਗੇਸ਼ਨ ਲਵਾਏਗਾ ਨਾ ਤੇ ਮੈਂ ਸੱਚੀਆਂ ਹੀ ਲੋਕਾਂ ਦੇ ਵਿੱਚ ਕਰਤੀਆਂ ਤੇ ਬਹੁਤ ਭੈੜੇ ਬਖੇੜੇ ਪੈ ਜਾਣਗੇ, ਤੈਨੂੰ ਵੀ ਬਾਹਰ ਨਿਕਲਣਾ ਔਖਾ ਹੋ ਜਾਊਗਾ। ਇਸ ਕਰਕੇ ਇਹਨਾਂ ਕੰਮਾਂ ਤੋਂ ਬਾਜ ਆ ਜਾ। ਮੈਂ ਪਾਰਟੀ ਨੂੰ ਸੁਧਾਰਨ ਦੇ ਲਈ ਆਪਣੇ ਆਪ ਦੇ ਸਾਰੇ ਅਹੁਦਿਆਂ ਨੂੰ, ਆਪਦੇ ਆਪ ਦੇ ਸਾਰੀਆਂ ਚੀਜ਼ਾਂ ਨੂੰ ਇੱਕ ਕਿਸਮ ਦਾ ਦਾਅ ਤੇ ਲਾਇਆ ਤੇ ਤੂੰ ਕਿਰਦਾਰ ਕੁਸ਼ੀ ਤੇ ਜਿਹੜੀ ਤੇ ਉਤਰਿਆ ਨਾ, ਇਹ ਭੈੜੇ ਰਾਹ ਪੈ ਗਿਆ। ਮੈਂ ਤੈਨੂੰ ਦੱਸਾਂ ਇਹਦਾ ਅੰਤ ਬਹੁਤ ਮਾੜਾ ਹੋਣਾ ਤੇਰਾ। ਇਹ ਮੈਂ ਬਾਦਲ ਪਰਿਵਾਰ ਦੇ ਵਿੱਚ ਰਹਿੰਦਾ, ਤੇਰਾ ਕਿਰਦਾਰ ਕੀ ਹੈ ਯਾਰ? ਜਿਸ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਇਹ ਜਿਹੜੀ ਹੈ ਡੈਡ ਬੋਡੀ ਘਰੇ ਪਈ ਹੈ, ਤੈਨੂੰ ਭੈਣਾਂ ਮਾਵਾਂ ਦੀਆਂ ਗਾਲਾਂ ਕੱਢ ਕੇ ਬਾਦਲ ਪਰਿਵਾਰ ਨੇ ਜਿਹੜਾ ਸੀ ਉਹ ਦਿੱਲੀ ਤੋਂ ਬਰਾਂਡੇ ਤੋਂ ਬਾਹਰ ਕੀਤਾ ਗਿਆ ਸੀ, ਤੈਨੂੰ ਯਾਦ ਨਹੀਂ ਇਹ ਗੱਲਾਂ? ਭੋਗ ਵਾਲੇ ਦਿਨ ਤੂੰ ਲੰਗਰ 'ਚ ਬੈਠ ਕੇ ਟਾਈਮ ਟਪਾਇਆ, ਉਹਨਾਂ ਗਾਲਾਂ ਤੋਂ ਡਰਦਾ ਕਿਸੇ ਦੇ ਮੱਥੇ ਤੱਕ ਨਹੀਂ ਲੱਗਿਆ। ਇਸ ਕਰਕੇ ਮੇਰਾ ਮੂੰਹ ਨਾ ਖਿਲਾ, ਕਿਹੜਾ ਰੇਤਾ ਬਜਰੀ, ਕਿਹੜੇ ਕਿੱਥੋਂ ਪੈਸੇ, ਕਿਹੜੇ ਕੀ, ਇਹ ਮੈਨੂੰ ਸਾਰਾ ਕੁਛ ਪਤਾ ਤੇ ਮੇਰੇ ਸਾਹਮਣੇ ਲੰਘਦਾ ਸੀ ਸਾਰਾ ਕੁਛ। ਮੈਂ ਉਸ ਵੇਲੇ ਵੀ ਉਸ 'ਚ ਧਾਰ ਨਹੀਂ ਮਾਰੀ ਕਿਤੇ, ਤੇ ਤੁਸੀਂ ਕਿ ਮੇਰੇ ਤੇ ਐਲੀਗੇਸ਼ਨ ਤੁਸੀਂ ਨਹੀਂ ਲਾ ਸਕਦੇ। ਇਹ ਇੱਕ ਗੱਲ ਨੂੰ ਸਮਝਣਾ ਪੈਣਾ। ਤੁਸੀਂ ਪਰਸੋਂ 'ਚ ਉੱਥੇ ਮੇਰਾ ਸੱਜਣ ਇੱਕ ਫਰੀਦਕੋਟ ਦਾ ਮੇਰਾ ਭਰਾ ਬੋਲੀ ਜਾਂਦਾ ਸੀ, ਕਰੋੜਾਂ ਰੁਪਏ ਦੀਆਂ ਗੱਡੀਆਂ,
ਮੇਰੀ ਤਾਂ 2014 ਮਾਡਲ ਇੱਕ ਇਨੋਵਾ ਹੈ ਜਿਹੜੀ 4.25 ਲੱਖ ਪਾਰਟੀ ਪਿੱਛੇ ਚਲਾਤੀ, ਕੋਈ ਬਿਜ਼ਨਸ ਨਹੀਂ ਮੇਰਾ। ਤੇ ਦੂਜੀ ਜਿਹੜੀ ਹੈਗੀ ਆ 2007 ਮਾਡਲ ਮੇਰੀ ਕੈਮਰੀ ਹੈ ਜਿਹੜੀ ਜਮਾਂ ਕੰਡਮ ਹੋਣ ਦੇ ਕਿਨਾਰੇ ਹੈ। ਤੇ ਜਿਹੜੀਆਂ ਤੁਹਾਡੇ ਯਾਰ ਕੋਲੇ ਗੱਡੀਆਂ ਹੈ ਉਹ ਵੇਖੋਗਾ ਕਿਹਦੇ ਨਾਂ ਤੇ ਹੈ, ਵੇਖੋਗਾ ਕਿੱਥੋਂ ਤਨਖਾਹ ਆਉਂਦੀ ਹੈ। ਹਲੇ ਮੇਰਾ ਮੂੰਹ ਨਾ ਖਿਲਾਓ, ਮੇਰੀ ਬੇਨਤੀ ਹੈ। ਇਸ ਕਰਕੇ ਜਿਹੜੇ ਬੰਦੇ ਕੋਲੇ ਇੱਕ ਜ਼ਮੀਨ ਦਾ ਓੜਾ ਵੀ ਹੈ ਨਹੀਂ ਤੇ ਉਹ ਬੰਦਾ ਦੂਜਿਆਂ ਤੇ ਐਲੀਗੇਸ਼ਨ ਲਵਾਵੇ, ਯਾਰ ਕਿਹੜੇ ਕੰਮਾਂ ਚ ਪਏ ਹੋ ਤੁਸੀਂ? ਮੈਂ ਸਿਰਫ ਪਾਰਟੀ ਦੇ ਸੁਧਾਰ ਲਈ ਗੱਲ ਕੀਤੀ ਹੈ ਤੇ ਪਾਰਟੀ ਦੇ ਸੁਧਾਰ ਲਈ ਜੇ ਪ੍ਰਧਾਨ ਸਾਹਿਬ ਨੇ ਮੰਨਣੀ ਆ ਮੰਨ ਲੈਣ, ਤੇ ਜੇ ਖੂਹ ਚ ਛਾਲ ਮਾਰਨ ਲਈ ਸਾਰੇ ਤਿਆਰ ਬੈਠੇ ਹੋ ਤਾਂ ਉਸੇ ਖੂਹ ਚ ਮੈਂ ਡਿੱਗ ਪਊ, ਫਿਰ ਮੈਨੂੰ ਕੀ ਫਰਕ ਪੈਂਦਾ? ਮੇਰੇ ਕਿਹੜਾ ਕੋਈ ਰੇਤੇ ਬਜਰੀ ਦੇ ਲਾਲਚ ਬੰਦ ਹੋ ਜਾਣਗੇ? ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਕੰਮ ਦੇ ਉੱਤੋਂ ਬਾਜ ਆ ਜਾਓ। ਮੈਂ ਹਲੇ ਵੀ ਕਹਿਣਾ ਬੜੀਆਂ ਕੇਸ ਪੈਂਡਿੰਗ ਸਿੱਟਾਂ ਦੇ ਪਏ ਆ, ਬੜੇ ਕੁਛ ਹੋਰ ਪਿਆ, ਮੈਂ ਇਹਨਾਂ ਕੰਮਾਂ ਚ ਨਹੀਂ ਪੈਣਾ ਚਾਹੁੰਦਾ। ਨਾ ਮੇਰਾ ਮੂੰਹ ਖੁਲਾਓ ਯਾਰ, ਮੈਂ ਬਹੁਤ ਤਪਿਆ ਪਿਆ ਇਹਨਾਂ ਗੱਲਾਂ ਦੇ ਕਰਕੇ ਤੁਹਾਡੇ ਤੇ। ਮੈਂ ਕੋਈ ਸੌਖਾ ਨਹੀਂ ਹੈ, ਮੈਂ ਜ਼ਿੰਦਗੀ ਲਾਈ ਹੈ, 1995 ਦਾ ਘਰ ਛੱਡ ਕੇ ਪੱਕੇ ਤੌਰ ਤੇ ਚੱਲਿਆ ਤੇ 99 ਦੀ ਇਲੈਕਸ਼ਨ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਪਹਿਲੀ ਵਾਰੀ ਮੈਨੂੰ ਕਿਸੇ ਸਿਆਸੀ ਲੀਡਰ ਨਾਲ, ਮਤਲਬ ਜਿਹੜਾ ਸੀਗਾ ਉਹ ਪੱਕੇ ਤੌਰ ਤੇ ਕਿਸੇ ਨਾਲ ਭੇਜਿਆ ਹੋਇਆ ਸੀਗਾ। ਇਸ ਕਰਕੇ ਇਹ ਮੈਂ ਬੇਨਤੀ ਕਰਦਿਆਂ ਕਿ ਇਹ ਜਿਹੜਾ ਨਵਾਂ ਪੋਸ਼ ਹੈ ਇਹ ਤਾਂ ਉਸ ਵੇਲੇ ਰਾਜਨੀਤੀ ਚ ਵੀ ਹੈਣੀ ਸੀ ਜਦੋਂ ਦਾ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੇ ਸਾਹ ਸੁਖਬੀਰ ਸਿੰਘ ਬਾਦਲ ਸਾਹਿਬ ਗੁਰਦਾਸ ਸਿੰਘ ਬਾਦਲ ਸਾਹਿਬ ਕੋਲੇ ਜਾਂਦਾ ਸੀ। ਇੱਕ ਗੱਲ ਦੂਜੀ ਮੈਂ ਬੇਨਤੀ ਕਰਦਿਆਂ ਤੁਹਾਨੂੰ, ਇੱਕ ਵਾਰ ਵਾਰ ਤੁਸੀਂ ਸਾਰੇ ਜਿੰਨੇ ਸੱਜਣ ਬੋਲੇ ਉਹਨਾਂ ਨੇ ਇੱਕ ਗੱਲ ਬੋਲੀ ਹੈ ਕਿ ਦਾਸ ਜੀ ਤੇ ਬਾਦਲ ਸਾਹਿਬ ਨੂੰ ਅਲੱਗ ਕਰਾਇਆ। ਇੱਥੋਂ ਇੱਕ ਗੱਲ ਤਾਂ ਸਾਬਤ ਹੁੰਦਾ ਕਿ ਬੰਟੀ ਨੇ ਲਿਖ ਕੇ ਸਾਰਿਆਂ ਨੂੰ ਭੇਜਿਆ ਵੀ ਤੁਸੀਂ ਆਹ ਬੋਲਣਾ। ਉਹ ਸੱਜਣਾ ਇੱਕ ਗੱਲ ਸਮਝ ਲਾ, ਸਰਦਾਰ ਗੁਰਦਾਸ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਹਜ਼ਾਰਾਂ ਦੀ ਤਾਦਾਦ ਚ ਲੀਡਰ ਬਣਾਏ ਆ, ਸੈਂਕੜੇ ਦੀ ਤਾਦਾਦ ਚ ਮੰਤਰੀ ਤੇ MLA ਬਣਾਏ ਆ, ਸੈਂਕੜੇ ਦੀ ਤਾਦਾਦ ਦੇ ਵਿੱਚ ਜਿਹੜੇ ਸੈਂਟਰ ਦੇ ਵਿੱਚ ਸਾਂਝਾ ਪਾ ਕੇ ਜਿਹੜੇ ਹੈਗੇ ਆ ਵੱਡੇ ਵੱਡੇ ਕੰਮ ਕਾਰੋਬਾਰ ਕਰਾਏ ਆ। ਯਾਰ ਮੈਂ ਕਿਸ ਔਕਾਤ ਦਾ ਸੀ ਕਿ ਦੋਨੋਂ ਭਰਾਵਾਂ ਨੂੰ ਅਲੱਗ ਕਰਾਤਾ? ਸਿਆਸੀ ਕਿਸੇ ਦੀ ਜਿਹੜੀ ਹੈ ਉਹ ਵੱਧ ਹੋ ਸਕਦੀ ਹੈ ਆਸਥਾ ਰੱਖਣੀ ਤੇ ਕਿਸੇ ਦੀ ਘੱਟ ਹੋ ਸਕਦੀ ਹੈ। ਮੈਂ ਤਾਂ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੇ ਸਾਹ ਗੁਰਦਾਸ ਸਿੰਘ ਬਾਦਲ ਸਾਹਿਬ ਦਾ ਭੇਜਿਆ ਹੀ ਸਾਹ ਮਨਪ੍ਰੀਤ ਸਿੰਘ ਬਾਦਲ ਸਾਹਿਬ ਨਾਲ ਸੀਗਾ, ਇਹ ਤਾਂ ਸਿਆਸਤ ਹੀ ਬਾਅਦ ਚ ਆਉਂਦੇ ਆ। ਇਸ ਕਰਕੇ ਇਹੋ ਜਿਹੀਆਂ ਬਚਕਾਨੀਆਂ ਗੱਲਾਂ, ਇਹਦਾ ਮਤਲਬ ਉਹ ਬੱਚੇ ਸੀ ਕੋਈ? ਮੈਂ ਇੱਕ ਨੂੰ ਲੋਲੀਪੋਪ ਦੇਤਾ ਤੇ ਦੂਜੇ ਨੂੰ ਨਹੀਂ ਦਿੱਤਾ ਤਾਂ ਰਸਾ ਤਾਂ ਕਿਹੜੇ ਕੰਮਾਂ ਚ ਪਏ ਹੋ ਯਾਰ ਤੁਸੀਂ? ਇਹ ਤੁਸੀਂ ਬਾਦਲ ਸਾਹਿਬ ਤੇ ਦਾਸ ਜੀ ਦੀ ਸੋਚ ਤੇ ਹੀ ਸਵਾਲ ਖੜਾ ਕਰਦੇ ਹੋ ਜੇ ਮੇਰੇ ਕਰਕੇ ਕਿਸੇ ਕਰਕੇ ਅਲੱਗ ਹੋਏ ਹੋਣ। ਇਸ ਕਰਕੇ ਇਹੋ ਜਿਹੀਆਂ ਗੱਲਾਂ ਨਾ ਆਪਾਂ ਪਾਓ। ਹਾਂ ਹੁਣ ਮੈਂ ਗੱਲ ਕਰਦਾ ਜਿਹੜੀ ਅੱਜ ਸੰਘਾ ਹੈ ਉਹਨੇ ਮੇਰੇ ਤੇ ਐਲੀਗੇਸ਼ਨ ਲਾਇਆ ਕਿ ਇਹ LMI-ਆਂ ਵੇਚ ਕੇ ਤੇ ਪੈਸੇ ਕਮਾਉਂਦਾ। ਸੰਘਾ ਸਾਹਿਬ ਮੇਰੀ ਤੁਹਾਨੂੰ ਬੇਨਤੀ ਹੈ, ਪੰਜਾਬ ਦੀ ਧਰਤੀ 'ਚ ਆਉਂਗੇ ਤੇ ਤੁਹਾਨੂੰ ਜਿਹੜਾ ਇਹ ਡੈਫਾਮੇਸ਼ਨ ਦਾ ਨੋਟਿਸ ਹੈ ਨਾ ਇਹ ਤੁਹਾਡਾ ਸਵਾਗਤ ਕਰੂਗਾ ਔਰ ਮੈਂ ਧੁਰ ਤੱਕ ਜਾਊਂਗਾ ਇਹ ਕਿ ਕਿਹੜੇ ਪੈਸੇ ਤੁਸੀਂ ਕਿੱਥੇ ਦਿੱਤੇ ਹੋ। ਮੇਰਾ ਕੋਈ ਇਮੀਗ੍ਰੇਸ਼ਨ ਦਾ ਕੰਮ ਨਹੀਂ, ਕੰਮ ਲਈ ਮੈਂ ਹੱਥ ਪੈਰ ਮਾਰਨ ਦੀ ਬੜੇ ਕੋਸ਼ਿਸ਼ ਕੀਤੀ ਕਿਉਂਕਿ ਪੈਸੇ ਦੀ ਮੈਂ ਤੰਗੀ 'ਚ ਚੱਲ ਰਿਹਾ ਸੀਗਾ, ਪਰ ਮੈਥੋਂ ਕੋਈ ਕੰਮ ਹਲੇ ਸੀਗਾ ਕਿਉਂਕਿ ਪਾਰਟੀ ਦੇ ਕੰਮ ਕਰਦੇ ਕਰਦੇ ਕੋਈ ਕੰਮ ਚੱਲਿਆ ਹੀ ਨੀਗਾ ਤੇ ਮੇਰਾ ਕੋਈ ਕੰਮ ਨਹੀਂ ਜਿਹਦਾ ਤੂੰ ਕਜ਼ਨ ਦੱਸਦਾ। ਮੇਰਾ ਕੋਈ ਰਿਸ਼ਤੇਦਾਰ ਨਹੀਂ ਜਿਹੜਾ ਇਹੋ ਜਿਹਾ ਕੋਈ ਅੱਜ ਦੀ ਦਿਹਾੜੀ ਕੋਈ ਇਮੀਗ੍ਰੇਸ਼ਨ ਦਾ ਕੰਮ ਵੀ ਕਰਦਾ ਹੋਵੇ। ਸਾਡੇ ਕੋਲ ਸੈਂਕੜੇ ਲੋਕ ਆਉਂਦੇ ਰਹੇ ਆ ਪਾਰਟੀ ਕਰਕੇ, ਪਾਰਟੀ ਪ੍ਰਧਾਨ ਸਾਹਿਬ ਕਰਕੇ ਕਿ ਜਿਹੜੇ ਲੋਕ ਕੰਮ ਕਰਾ ਕੇ ਜਾਂਦੇ ਰਹੇ ਆ। ਦੋ ਨਾਂ ਤੂੰ ਲਏ ਆ ਜਿਹਦੇ 'ਚ ਆਇਆ ਸੀ ਕਿ ਜਿਹੜਾ ਜਿਹਦਾ ਤੁਸੀਂ ਆਡੀਓ ਸੁਣਾਈ ਹੈ। ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ, ਦੇਸ਼ ਵਾਸੀਆਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਸੱਜਣਾਂ ਨੂੰ ਦੱਸਣਾ ਚਾਹੁੰਦਾ ਹਾਂ, ਇਹ ਨਾਭੇ ਪਿੰਡ ਦੇ ਵਿੱਚ ਬਜੀਦਪੁਰ ਤੇ ਉਪਲਾ ਪਿੰਡ ਦਾ ਇਹ ਮੁੰਡਾ ਹੈ। ਇਹਨੇ ਇਹਦਾ ਵਿਆਹ ਹੋਇਆ ਸੀ ਤੇ ਵਿਆਹ ਵੇਲੇ ਦੋਨੋਂ ਪਰਿਵਾਰ ਦੇ ਦੋ ਤਿੰਨ ਜਣੇ ਆ ਕੇ ਮੈਨੂੰ ਕਾਰਡ ਦੇ ਕੇ ਗਏ ਕਿ ਤੁਸੀਂ ਵਿਆਹ ਜ਼ਰੂਰ ਆਇਓ ਜੀ। ਹਾਲਾਂਕਿ ਵਿਆਹ ਬਰਨਾਲੇ ਸੀ, ਮੈਂ ਇਹਨਾਂ ਨੂੰ ਹੱਥ ਵੀ ਜੋੜੇ ਵੀ ਯਾਰ ਇੰਨੀ ਵਾਰ ਔਖਾ ਹੈ, ਸਾਡੇ ਤੋਂ ਪੁੱਗਿਆ ਨਹੀਂ ਜਾਂਦਾ। ਤਾਂ ਇਹਨਾਂ ਨੇ, ਹੋ ਸਕਦਾ ਇਹਨਾਂ ਨੂੰ ਲੱਗਦਾ ਹੋਵੇ ਕਿ ਬਾਅਦ 'ਚ ਬਾਈ ਦੀ ਕਿਤੇ ਨਾ ਕਿਤੇ ਅਸੀਂ ਮਦਦ ਲਵਾਂਗੇ, ਤੇ ਜ਼ੋਰ ਦੇ ਕੇ ਕਿਹਾ ਕਿ ਬਾਈ ਜੀ ਬਹੁਤ ਜ਼ਰੂਰੀ ਹੈ, ਤੁਸੀਂ ਆਉਣਾ। ਮੈਂ ਬਰਨਾਲੇ ਇਹਨਾਂ ਦੇ ਵਿਆਹ 'ਤੇ ਵੀ ਜਾ ਕੇ ਆਇਆ।
ਯਾਰ ਜਿਹੜੇ ਪਰਿਵਾਰਾਂ ਦੇ ਅਸੀਂ ਪੋਲੀਟੀਕਲ ਤੌਰ ਤੇ ਵਿਆਹਾਂ ਤੱਕ ਵੀ ਜਾਂਦੇ ਆ ਤੇ ਉਹਨੇ ਜੇ ਸਾਡੇ ਤੋਂ ਟੈਲੀਫੋਨ ਕਰਾ ਲਿਆ ਤੇ ਤੈਨੂੰ ਸਪਸ਼ਟ ਸ਼ਬਦਾਂ ਚ ਕਿਹਾ ਵੀ ਅਗਲੇ ਨੂੰ ਧੋਖੇ ਚ ਨਾ ਰੱਖੀ ਤੇ ਇਹਦੇ ਚ ਮਾੜਾ ਕੀ ਕਰਤਾ, ਮਾੜਾ ਕੀ ਕਰਤਾ। ਦੂਜੀ ਗੱਲ, ਤੁਸੀਂ ਮੈਨੂੰ ਇਹ ਦੂਜਾ ਗਗਨ ਦਾ ਨਾਂ ਲਿਆ ਤੇ ਗਗਨ ਨੇ ਤਾਂ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਸੀ, ਸਿਰਫ ਇਹ ਆਖਿਆ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਬੰਦਾ ਹੈ, ਮੈਂ ਚਰਨਜੀਤ ਬਰਾੜ ਕੋਲੇ ਜਾਂਦਾ ਹੁੰਦਾ, ਮੈਂ ਉਹਨੂੰ ਮਿਲਿਆ ਤੇ ਮੈਂ ਮਤਲਬ ਉਹਨਾਂ ਨੂੰ ਜਾਣਦਾ ਤੇ ਮੇਰੀ ਤੁਸੀਂ ਮਦਦ ਕਰੋ। ਤੁਸੀਂ ਉਹਨੂੰ LMI ਖੁਦ ਦੇ ਕੇ ਤੇ ਮੈਨੂੰ ਬਾਅਦ ਚ ਟੈਲੀਫੋਨ ਕੀਤਾ ਵੀ ਤੁਹਾਡਾ ਨਾਂ ਲੈਂਦਾ ਸੀ ਮੁੰਡਾ ਤੇ ਮੈਂ LMI ਦੇਤੀ। ਮੈਂ ਕਿਹਾ ਮੈਂ ਸਗੋਂ ਦੀ ਉਦੋਂ ਚੁੱਪ ਹੋ ਗਿਆ, ਮੈਂ ਕਿਹਾ ਹੋ ਸਕਦਾ ਮੈਂ ਕਿਸੇ ਦਾ ਫੋਨ ਕੀਤਾ ਹੋਵੇ, ਮੇਰੇ ਤਾਂ ਯਾਦ ਵੀ ਨਹੀਂ ਸੀ। ਫਿਰ ਉਹ ਗਗਨ ਦੇ ਹੀ ਮੁੰਡੇ ਦਾ ਫੋਨ ਆਇਆ ਕਿ ਬਾਈ ਜੀ ਮੈਂ ਤੁਹਾਡਾ ਨਾਂ ਲਿਆ ਸੀ, ਸੰਘਾ ਸਾਹਿਬ ਨੇ ਮੇਰਾ ਕੰਮ ਕਰਤਾ, ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਸੰਘਾ ਸਾਹਿਬ ਦੀ ਧੰਨਵਾਦ ਕਰਦਾ, ਇੱਕ ਗੱਲ। ਤੇ ਜੇ ਉਹ ਤੋਂ ਲੱਡੂਆਂ ਦਾ ਡੱਬਾ ਹੀ ਉਹਦੇ ਬਾਪ ਤੋਂ ਜਾਂ ਕਿਸੇ ਤੋਂ ਲਿਆ ਹੋਵੇ, ਉਹਨੇ ਮੈਨੂੰ ਇਹ ਵੀ ਆਫਰ ਕੀਤੀ ਸੀ ਕਿ ਬਾਈ ਮੈਂ ਤੇਰੇ ਇਲਾਕੇ 'ਚ ਬੋਰਡ ਲਵਾ ਦਿੰਦਾ ਤੇ ਮੈਂ ਹੱਥ ਜੋੜ ਕੇ ਕਿਹਾ ਕੋਈ ਗੱਲ ਨਹੀਂ, ਜਦੋਂ ਮੈਨੂੰ ਕਿਤੇ ਲੋੜ ਹੋਈ ਮੈਂ ਤੁਹਾਨੂੰ ਬੇਨਤੀ ਕਰ ਲੂੰਗਾ, ਪਰ ਮੈਨੂੰ ਇਹਨਾਂ ਗੱਲਾਂ 'ਚ ਲੋੜ ਨਹੀਂ ਹੈ। ਮੈਂ ਤਾਂ ਯਾਰ ਲੱਡੂਆਂ ਦਾ ਡੱਬਾ ਨਹੀਂ ਲਿਆ ਤੇ ਤੂੰ 30 ਲੱਖ ਦੀਆਂ ਗੱਲਾਂ ਕਰਦਾ। ਇਹ ਪੈਸਿਆਂ ਦੇ ਐਲੀਗੇਸ਼ਨ ਜਿਹੜੇ ਲਾਏ ਆ ਨਾ ਝੂਠੇ, ਇਹਨਾਂ ਦਾ ਜਵਾਬ ਦੇਣਾ ਪੈਣਾ ਸੰਘਾ ਸਾਹਿਬ ਤੁਹਾਨੂੰ। ਤੁਸੀਂ ਮੈਨੂੰ ਇੱਕ ਵਾਰੀ ਇਹ ਵੀ ਪੁੱਛਿਆ ਸੀ ਫੋਨ ਕਰਦੇ ਨੂੰ ਇਸੇ ਮੁੰਡੇ ਪਿੱਛੇ ਜਾਂ ਹੋਰ ਪਿੱਛੇ, ਮੈਂ ਤੁਹਾਡੇ ਨਾਲ ਜਦੋਂ ਫੋਨ ਕੀਤਾ ਤੇ ਤੁਸੀਂ ਕਿਹਾ ਕਿ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਕਿਹਾ, ਮੈਂ ਕਿਹਾ ਵੀ ਉਹ ਤੇ ਤੁਸੀਂ ਸਮਝਦੇ ਹੋ ਵੀ ਅਸੀਂ ਤਾਂ ਦੋਸਤ ਹੈ, ਦੋਸਤ ਕਿਸ ਕਿਸਮ ਦੇ ਹੋ ਮੈਨੂੰ ਪਤਾ, ਕਿਉਂਕਿ ਬੰਟੀ ਦੀ ਕੜੀ ਹੈ ਵੱਡੀ, ਬੰਟੀ ਜੀ ਕਿਹਦੇ ਕਿਹਦੇ ਨਾਲ ਕੜੀਆਂ ਮਿਲਾਉਂਦੇ ਹੋ ਮੈਨੂੰ ਸਾਰਾ ਪਤਾ, ਉਹਨੂੰ ਮੈਂ ਜਾਣਾ ਨਹੀਂ ਚਾਹੁੰਦਾ ਉਸ ਗੱਲ ਦੇ ਵਿੱਚ। ਇਸ ਕਰਕੇ ਕਿ ਉਹ ਮੈਂ ਕਿਹਾ ਵੀ ਉਹਨਾਂ ਨੇ ਨਹੀਂ ਕਿਹਾ, ਮੈਂ ਆਪਦੇ ਵੱਲੋਂ ਕਹਿ ਰਿਹਾ ਕਿ ਪਾਰਟੀ ਦਾ ਬੰਦਾ ਜੇ ਤੇਰੀ ਮਦਦ ਹੁੰਦੀ ਹੈ ਤਾਂ ਕਰਦੇ, ਨਹੀਂ ਤਾਂ ਭਾਈ ਤੇਰੀ ਮਦਦ ਹੈ। ਇਸ ਕਰਕੇ ਇਹੋ ਜਿਹੀਆਂ ਹਾਸੋਹੀਣੀਆਂ ਗੱਲਾਂ ਦੇ ਵਿੱਚ ਜਾਣਾ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਹੈ। ਇਸ ਰਾਹ ਨਾ ਕਰੋ ਯਾਰ, ਮੇਰਾ ਮੂੰਹ ਨਾ ਖਿਲਾਓ, ਬਹੁਤ ਔਖਾ ਹੋ ਜਾਣਾ ਇਸ ਕੰਮ ਦੇ ਵਿੱਚ, ਇਸ ਕੰਮ 'ਚ ਨਾ ਪਈਏ। ਮੈਂ ਸਿਆਸੀ ਗੱਲਾਂ ਬੋਲੂੰਗਾ, ਸਿਆਸੀ ਜਵਾਬ ਜਿਹੜਾ ਪਾਰਟੀ ਤੋਂ ਜ਼ਰੂਰ ਮੰਗੂੰਗਾ। ਮੇਰੀ ਲੜਾਈ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਨਹੀਂ ਹੈ, ਮੇਰੀ ਬਾਦਲ ਪਰਿਵਾਰ ਨਾਲ ਨਹੀਂ ਹੈ। ਮੈਂ ਤਾਂ ਬੰਟੀ ਨੂੰ ਪੁੱਛਦਾ ਹੈ, ਜਿੰਨਾ ਬਾਦਲ ਪਰਿਵਾਰ ਹੈ, ਭਾਵੇਂ ਚੰਡੀਗੜ੍ਹ ਰਹਿੰਦੇ ਆ ਸਾਰੀਆਂ ਫੈਮਲੀਆਂ, ਭਾਵੇਂ ਬਾਦਲ ਹੈ, ਕਿਸੇ ਦੇ ਘਰੇ ਚਾਹ ਪੀ ਕੇ ਵਿਖਾ ਦੇ ਯਾਰ ਤੂੰ। ਮੈਂ ਤਾਂ ਅੱਜ ਵੀ ਜਿੱਥੇ ਮਰਜ਼ੀ ਜਾ ਕੇ ਤਾਏ ਚਾਚੇ ਜਿੰਨੇ ਹੈਗੇ ਸਾਰਿਆਂ ਦੇ ਘਰਾਂ 'ਚ ਰੋਟੀ ਖਾ ਸਕਦਾ, ਕਿਉਂਕਿ ਮੈਂ 32 ਸਾਲ ਦਾ ਇਸ ਪਰਿਵਾਰ 'ਚ ਵਿਚਰਦਾ। ਮੈਂ ਸਿਆਸੀ ਲੜਾਈ ਤਾਂ ਕੋਈ ਸਾਡੇ ਵਖਰੇਵੇਂ ਹੋ ਸਕਦੇ ਹੈ, ਪਰ ਜਾਤੀ ਤੌਰ ਤੇ ਮੇਰੇ ਕਿਰਦਾਰ ਬਾਰੇ, ਮੇਰੀ ਇਮਾਨਦਾਰੀ ਬਾਰੇ ਸਾਰੇ ਜਾਣਦੇ ਹੈ। ਤੇ ਇਸ ਕਰਕੇ ਯਾਰ ਤੂੰ ਮੈਨੂੰ ਇਹ ਝੂਠੇ ਲਾਂਛਨ ਲਾ ਕੇ ਤੇ ਸ਼ਾਇਦ ਚੁੱਪ ਕਰਾਉਣ ਦੀ ਜਾਂ ਮਤਲਬ ਬਦਨਾਮ ਕਰਨ ਦੀ ਕੋਸ਼ਿਸ਼ ਕਰ ਲੇਗਾ, ਇਹ ਕੀਤਾ ਨਹੀਂ ਜਾਣਾ। ਦੂਜੀ ਸੰਘਾ ਸਾਹਿਬ, ਤੁਸੀਂ ਮੈਨੂੰ ਮੇਰੇ ਤੇ ਬੜੇ ਛੋਟੇ ਐਲੀਗੇਸ਼ਨ ਲਾਏ ਕਿ ਇਹ ਤਾਂ ਜੀ ਪਿੰਡ ਬੜਾ ਪਤਾ ਨਹੀਂ ਟੈਂਪੂ ਚਲਾਉਂਦਾ ਸੀ, ਇਹ ਪਤਾ ਨਹੀਂ ਕਿਹੜੇ ਕੰਜਰ ਨੇ ਕਿੱਥੋਂ ਗੱਲ ਚਲਾਈ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਗੀ। ਮੈਂ ਇੱਕ ਬੇਨਤੀ ਕਰਦਿਆਂ, 93 'ਚ ਮੈਂ BA ਕੀਤੀ ਤੇ BA ਦੇ ਪੇਪਰ ਦੇਣ ਤੋਂ ਪਹਿਲਾਂ ਫਿਲਟਰੋਨਾ ਫਿਲਟਰ ਦਾ ਯੂਨਿਟ ਅਸੀਂ ਮਲੋਟ ਦੇ ਵਿੱਚ 7 ਫੋਟੋ ਨਸਵਾਰ ਵਾਲਿਆਂ ਤੋਂ ਗਿੱਦੜਵੇ ਤੋਂ ਖਰੀਦ ਕੇ ਮਲੋਟ ਲੈ ਗਏ ਸੀ। ਜਿੰਨਾ ਚਿਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਦਾ ਬਾਈ ਇਲੈਕਸ਼ਨ ਨਹੀਂ ਲੰਘਿਆ, 93 ਤੋਂ 95 ਤੀਕਰ ਮੈਂ ਉਹ ਕਾਰੋਬਾਰ ਕਰਦਾ ਰਿਹਾ। 93 ਤੀਕਰ ਮੈਂ BA ਕੀਤੀ ਹੈ ਤੇ 95 ਤੋਂ ਬਾਅਦ ਮੈਂ ਪੱਕਾ ਤੌਰ ਤੇ ਜਿਹੜਾ ਹੈਗਾ ਮੈਂ ਪੋਲੀਟਿਕਸ ਦੇ ਵਿੱਚ ਹੈ। ਯਾਰ ਕਿਹੜੇ ਕੰਮਾਂ 'ਚ ਪਏ ਹੋ, ਕਿਹੜੇ ਕੰਮਾਂ 'ਚ ਪਏ ਹੋ? ਤੁਸੀਂ ਕੱਲ੍ਹ ਨੂੰ ਤੁਸੀਂ ਕਹਿ ਦਿਓਗੇ ਜੀ ਮੈਂ ਤਾਂ ਜੋੜੇ ਗੰਢਦਾ ਸੀ, ਜੋੜੇ ਗੰਢਣ ਵਾਲਾ ਕੋਈ ਬੰਦਾ ਨਹੀਂ ਹੁੰਦਾ। ਕੱਲ੍ਹ ਨੂੰ ਤੁਸੀਂ ਕਹਿ ਦਿਓਗੇ ਜੀ ਇਹ ਤਾਂ ਦਿਹਾੜੀਆਂ ਜਾਂਦਾ ਸੀ ਤੇ ਦਿਹਾੜੀ ਜਾਣ ਵਾਲੇ ਬੰਦੇ ਨਹੀਂ ਹੁੰਦੇ। ਮੈਂ ਤੁਹਾਨੂੰ ਇੱਕ ਬੇਨਤੀ ਕਰਦਿਆਂ, ਮੈਂ ਪਹਿਲਾਂ ਵੀ ਸਪਸ਼ਟ ਕੀਤਾ ਹੈ ਕਿ ਅਸੀਂ ਰਾਜੇ ਨਹੀਂ ਹੈ, ਨਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਪਰਿਵਾਰ ਜਿੰਨੀ ਸਾਡੇ ਕੋਲ ਜਾਇਦਾਦ ਹੈ, ਬਾਦਲ ਪਰਿਵਾਰ ਜਿੰਨੀ ਹੈ ਨਹੀਂ, ਨਾ ਕਿਸੇ ਵੱਡੇ ਰਾਜਾਂ ਜਿੰਨੀ ਹੈ, ਪਰ ਇੱਕ ਸਧਾਰਨ ਜੱਟ ਦਾ ਪੁੱਤ ਚੰਗਾ ਭਲਾ ਹੈਗਾ। ਮੇਰੇ ਬਾਪ ਹੋਰੀ 5 ਭਰਾ ਸੀਗੇ, 5 ਭਰਾ ਹੋਣ ਦੇ ਬਾਵਜੂਦ ਸਾਡੀ ਜ਼ਮੀਨ ਸਰਪਲਸ ਨਿਕਲੀ, ਇੰਨੀ ਕੁ ਤਾਂ ਢੇਰੀ ਸੀਗੀ ਸਾਡੇ ਕੋਲ ਜਿਹੜੀ ਅਸੀਂ ਕਰਕੇ ਖਾ ਸਕਦੇ ਹਾਂ। ਇਸ ਕਰਕੇ ਜੇ ਮੈਂ ਪੈਸੇ ਕਮਾਉਣੇ ਹੁੰਦੇ
ਤੇ ਰੇਤੇ ਦੇ ਕੌਣ ਕੌਣ ਵੰਡਦਾ ਸੀ, ਕਿੱਥੇ ਵੰਡਦਾ ਸੀ, ਮੈਨੂੰ ਇਹ ਵੀ ਪਤਾ। ਨਾ ਗਵਾਹੀਆਂ ਦਵਾਓ ਮੇਰੇ ਤੋਂ, ਨਾ ਇਸ ਕੰਮਾਂ ਚ ਪਾਓ ਤੁਸੀਂ। ਤੇ ਜੇ ਹੋਰ ਕਿਤੋਂ ਪੈਸੇ ਆਉਂਦੇ ਸੀ, ਕਰੋੜਾਂ ਰੁਪਏ ਦਾ ਹਿਸਾਬ ਜਿਹੜਾ ਇਲੈਕਸ਼ਨ ਬਾਈ ਇਲੈਕਸ਼ਨ ਦੂਜੇ ਚੀਜ਼ੇ ਹੁੰਦੇ ਸੀ, ਤੇ ਫਿਰ ਮੈਂ ਤਾਂ ਮੇਰਾ ਤਾਂ ਉਹ ਵੀ ਲਿਖ ਕੇ ਜਾਂਦਾ ਸੀ। ਈਵਨ ਇੱਥੋਂ ਤੱਕ ਕਿ ਮੈਂ ਤਾਂ ਕੋਲੋਂ ਛੋਟਾ ਬੋਟਾ ਜਿੰਨਾ ਵੀ ਖਰਚਾ ਹੁੰਦਾ ਸੀ ਖਰਚਾ ਕਰਕੇ ਤੁਰਦਾ ਸੀ। ਇਸ ਕਰਕੇ ਸੰਗਤ ਸਾਹਿਬ, ਇਹਨੂੰ ਇਹਨਾਂ ਗੱਲਾਂ ਤੋਂ ਬਾਜ ਆ ਜਾਓ। ਇਹਨਾਂ ਗੱਲਾਂ ਚ ਕੁਛ ਨੀ ਤਰਿਆ ਪਿਆ, ਕੁਛ ਨੀ ਤਰਿਆ ਪਿਆ। ਨਾ ਪਾਰਟੀ ਦਾ ਨੁਕਸਾਨ ਕਰਾਉਣ ਵਾਲੇ ਪਾਸੇ ਤੁਸੀਂ ਤੁਰੋ ਤੇ ਨਾ ਮੈਥੋਂ ਤੁਰੋ। ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਆਪਦਾ ਕਿਰਦਾਰ ਬਹੁਤ ਔਖੇ ਹੋ ਕੇ ਬਣਾਇਆ, ਬਹੁਤ ਔਖਾ ਬਣਦਾ। ਗੱਡੀ ਆਪ ਚਲਾਉਣੀ, ਕਈ ਵਾਰੀ ਦੋ ਦੋ ਤਿੰਨ ਤਿੰਨ ਦੇ ਨਾਲ ਕੋਈ ਬੰਦਾ ਹੀ ਨਾ ਹੋਣਾ, ਇਹ ਕੋਈ ਸੌਖਾ ਕੰਮ ਨਹੀਂ ਹੈ। ਮੇਰਾ ਵੀ ਜੀ ਕਰਦਾ ਕਿ ਜੇ ਮੇਰੀ ਨੋਟਾਂ ਨਾਲ ਭਰੀ ਹੋਵੇ ਤੇ ਚਾਰ ਪੰਜ ਬੰਦੇ ਹੁਣ ਜੀ ਜੀ ਕਰਦੇ ਹੋਣ, ਦੋ ਤਿੰਨ ਪੀਏ ਰੱਖੇ ਹੋਣ, ਪਰ ਨਹੀਂ। ਮੈਨੂੰ ਪਤਾ ਵੀ ਇਹ ਜਿਹੜਾ ਰਸਤਾ ਹੈ, ਇਹ ਜੇ ਤੁਸੀਂ ਇਮਾਨਦਾਰੀ ਨਾਲ ਚੱਲਣਾ ਹੈ ਤਾਂ ਕਿਰਪਾ ਕਰਕੇ, ਇਹ ਜਿਹੜਾ ਇਮਾਨਦਾਰੀ ਨਾਲ ਰਸਤਾ ਔਖਾ ਹੁੰਦਾ ਪਰ ਨੀਂਦ ਬੜੀ ਸੌਖੀ ਹੁੰਦੀ ਹੈ। ਇਸ ਕਰਕੇ ਪਹਿਲੀ ਗੱਲ ਤਾਂ ਜਿਹੜਾ ਮੇਰੇ ਤੇ ਪੈਸਿਆਂ ਦਾ ਐਲੀਗੇਸ਼ਨ ਲਾਇਆ, ਇਹਦਾ ਮੈਂ ਜ਼ਰੂਰ ਨੋਟਿਸ ਭੇਜੂੰਗਾ। ਫੌਰਨ ਚ ਕਿਵੇਂ ਭੇਜ ਸਕਦਾ ਜਾਂ ਇੱਥੇ ਆਇਆ ਨੂੰ ਕਿਵੇਂ ਸਰਵ ਕਰਾ ਸਕਦਾ, ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇਹ ਸਪਸ਼ਟ ਕਰਦਾ। ਦੂਜੀ ਮੈਂ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰਾਂ ਨੂੰ, ਇੱਕ ਮੇਰਾ ਸਵਾਲ ਹੋਰ ਹੈ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸਰਬਜੀਤ ਸਿੰਘ ਝਿੰਜਰ ਸਾਹਿਬ ਨੂੰ। ਝਿੰਜਰ ਸਾਹਿਬ, ਇਹ ਪਾਰਟੀ ਦਾ ਪਲੇਟਫਾਰਮ ਵਰਤਣ ਲਈ ਇਹ ਤੁਸੀਂ ਦਿੱਤਾ, ਤੁਹਾਡੀ ਸਹਿਮਤੀ ਨਾਲ ਪਿਆ ਯੂਥ ਅਕਾਲੀ ਦਲ ਦੇ ਪੇਜ ਤੇ ਮੇਰੇ ਤੇ ਐਲੀਗੇਸ਼ਨ ਦੀ ਜਿਹੜੀ ਵੀਡੀਓ ਹੈ, ਜਾਂ ਕਿਹਨੇ ਪਿਆ? ਕਿਉਂਕਿ ਮੈਨੂੰ ਉੱਥੇ ਵੀ ਅਖੀਰ ਨੋਟਿਸ ਲਿਆਉਣਾ ਪੈਣਾ। ਮੈਂ ਵੀ ਅੱਜ ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਉਹੀ ਅਹੁਦੇਦਾਰ ਹੈ, ਉਹੀ ਮੇਰੇ ਕੋਲੇ ਹਲਕਾ ਇੰਚਾਰਜ ਹੈ। ਇਸ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ 'ਚ ਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪੇਜ ਤੇ, ਯੂਥ ਅਕਾਲੀ ਦਲ ਦੇ ਪੇਜ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਦੇ ਖਿਲਾਫ ਅਜਿਹੀਆਂ ਗੱਲਾਂ ਪੈਣੀਆਂ, ਇਹ ਕਿਹਨੇ ਇਜਾਜ਼ਤ ਦਿੱਤੀ ਹੈ? ਇਹ ਵੀ ਨਾਂ ਲੈ ਕੇ ਦੱਸ ਦਿਓ। ਇਸ ਕਰਕੇ ਮੈਂ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਲੜਾਈ ਜਿਹੜੀ ਹੈ ਉਹ ਮੇਰੀ ਅਸੂਲਾਂ ਦੀ ਹੈ ਔਰ ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ। ਨਹੀਂ ਤਾਂ ਮੇਰੇ ਕੋਲ ਤਾਂ ਬੜਾ ਵੱਡਾ ਦਫ਼ਤਰ ਸੀਗਾ, ਬੜੇ ਵੱਡੇ ਰੁਤਬੇ ਸੀਗੇ, ਤੇ ਮੈਂ ਆਰਾਮ ਨਾਲ ਬੈਠਾ ਰਹਿੰਦਾ ਜਿਵੇਂ ਬਾਕੀ ਸਾਰੇ ਲੀਡਰ ਸਾਹਿਬਾਨ ਚੁੱਪ ਕਰਕੇ ਅਧੀਨਗੀ ਕੱਲੀ ਕਬੂਲ ਕੇ ਤੇ ਹਾਰਾਂ ਜਿੱਤਾਂ ਝੋਲੀ ਚ ਪਾ ਕੇ ਅਸੀਂ ਤੁਰੇ ਫਿਰਦੇ ਹਾਂ। ਕਿੰਨਾ ਚਿਰ ਪਾਰਟੀ ਬਚੂਗੀ ਯਾਰ ਇਸ ਗੱਲ ਨਾਲ? ਮੈਨੂੰ ਇੱਕ ਗੱਲ ਤਾਂ ਸਮਝਾ ਦਿਓ, 5 ਇਲੈਕਸ਼ਨ ਅਸੀਂ ਹਾਰ ਗਏ ਹਾਂ ਇਦੋਂ ਪਹਿਲਾਂ, ਤੇ ਅਗਲਿਆਂ ਦੇ ਵਿੱਚ ਸਾਡੇ ਕੋਲੇ ਖੜਾ ਕਰਨ ਲਈ ਇੱਕ ਦੂਜੇ ਤੇ ਅਸੀਂ ਸਿੱਟੀ ਜਾਂਦੇ ਹਾਂ ਵੀ ਕੌਣ ਖੜਾ ਹੋਊਗਾ, ਕਿਵੇਂ ਖੜਾ ਹੋਊਗਾ ਤੇ ਕਿਹੜੇ ਕੰਮਾਂ ਚ ਪਏ ਹਾਂ। ਇਸ ਕਰਕੇ ਚਰਨਜੀਤ ਬਰਾੜ ਪਾਰਟੀ ਦੇ ਵਿੱਚ ਕੋਈ ਅਹੁਦੇਦਾਰ ਬਣੇ ਤੇ ਭਾਵੇਂ ਨਾ ਬਣੇ, ਮੇਰੀ ਆਖਰੀ ਕੋਸ਼ਿਸ਼ ਹੋਊਗੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਹਾਲਤ 'ਚ ਤਕੜਾ ਕਰਾਂ, ਤਬਦੀਲੀਆਂ ਵੱਡੇ ਪੱਧਰ ਤੇ ਲਿਆ ਕੇ ਜਿਵੇਂ ਝੁੰਦਾ ਕਮੇਟੀ ਨੇ ਰਿਕਮੈਂਡ ਕੀਤੀਆਂ ਉਸ ਕਿਸਮ ਦੀਆਂ ਲਿਆ ਕੇ ਤਕੜਾ ਕਰਨ ਦੀ ਮੇਰੀ ਜਿਹੜੀ ਹੈ ਹਰ ਹਾਲਤ ਕੋਸ਼ਿਸ਼ ਰਹੂਗੀ। ਔਰ ਜਿਹੜੇ ਸੱਜਣਾਂ ਨੇ ਮੇਰਾ ਮੂੰਹ ਬੰਦ ਕਰਿਆ ਸੀ, ਅੱਜ ਮੈਨੂੰ ਬੋਲਣਾ ਪਿਆ ਕਿਉਂਕਿ ਪੈਸੇ ਦੇ ਐਲੀਗੇਸ਼ਨ ਛੋਟੇ ਨਹੀਂ ਹੁੰਦੇ, ਇਹ ਕਿਰਦਾਰ ਕੁਸ਼ੀ ਹੈ ਤੇ ਕਿਰਦਾਰ ਕੁਸ਼ੀ ਮੈਂ ਆਪਦੀ ਹੋਣ ਨਹੀਂ ਦੇਣੀ। ਇਸ ਕਰਕੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਉਹਨਾਂ ਤੋਂ, ਮੈਂ ਮਾਫੀ ਚਾਹੁੰਦਾ ਤੇ ਇਹ ਹਲੇ ਵੀ ਮੈਂ ਬੇਨਤੀ ਕਰਦਾ ਕਿ ਬਾਜ ਆ ਜਾਓ, ਬਾਜ ਆ ਜਾਓ ਕਿਰਪਾ ਕਰਕੇ। ਮੈਂ ਇਹ ਘਟੀਆ ਲੜਾਈਆਂ ਚ ਪੈਣਾ ਨਹੀਂ ਚਾਹੁੰਦਾ। ਮੇਰੇ ਸਿਆਸੀ ਜਿਹੜੀਆਂ ਲੜਾਈ ਮੈਂ ਵਿੱਢੀ ਹੈ ਕਿ ਪਾਰਟੀ ਨੂੰ ਕਿਵੇਂ ਮਜ਼ਬੂਤ ਕਰਨਾ, ਉਹਦੇ ਪ੍ਰਤੀ ਖੁਦ ਫੈਸਲੇ ਕਰ ਲਓ ਯਾਰ। ਚਰਨਜੀਤ ਬਰਾੜ ਤਾਂ ਹੁਣ ਵਿੱਚ ਹੀ ਹੈ ਨੀਗਾ, ਤੁਸੀਂ ਬੁਲਾਉਂਦੇ ਨਹੀਂ, ਸੱਦਦੇ ਨਹੀਂ, ਤੇ ਫਿਰ ਮੈਥੋਂ ਬਿਨਾਂ ਫੈਸਲੇ ਚੰਗੇ ਕਰਕੇ ਪੰਜਾਬ ਦੇ ਪਾਰਟੀ ਦੇ ਲੀਡਰਾਂ ਨੂੰ ਤੁਸੀਂ ਮਨ ਜਿੱਤ ਲਓ ਤੇ ਮੇਰਾ ਖਿਆਲ ਹੈ ਸਾਰਾ ਕੁਛ ਵਧੀਆ ਚੱਲੂਗਾ। ਸੋ ਇਸ ਕਰਕੇ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਆਪਾਂ ਤਕੜੇ ਹੋਈਏ, ਪਾਰਟੀ ਬਚਾਉਣੀ ਹੈ, ਪਾਰਟੀ 'ਚ ਵੱਡੀਆਂ ਤਬਦੀਲੀਆਂ ਲਿਆ ਕੇ ਫਿਰ ਹੀ ਬਚਣੀ ਹੈ, ਸਾਰੇ ਸਾਥ ਦਿਓ। ਮੈਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਕਿ ਕੋਸ਼ਿਸ਼ ਰਹੂਗੀ ਮੇਰੀ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਿਸੇ ਵੀ ਹੱਦ ਤੱਕ ਜਾਣਾ ਪਿਆ ਤਾਂ ਮੈਂ ਕੋਸ਼ਿਸ਼ ਕਰਕੇ ਜਾਊਂਗਾ।